YouTube ਚੈਨਲ C5 ਪੰਥ ਖਾਲਸਾ ਤੋਂ ਤੁਹਾਡਾ ਆਪਣਾ ਤਿੰਦਰਪਾਲ ਸਿੰਘ ਸਮੂਹ ਦਰਸ਼ਕਾਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਵਿਸ਼ਵ ਪੱਧਰ 'ਤੇ ਹਿੰਦੁਤਵਾ ਸਰਕਾਰ ਵੱਲੋਂ ਜਿਹੜਾ ਪ੍ਰਚਾਰਿਆ ਗਿਆ ਸੀ ਯੋਗਾ, ਉਹ ਯੋਗਾ ਦਿਨ ਮਨਾਇਆ ਗਿਆ। ਯੋਗਾ ਦਿਨ ਦੇ ਮੌਕੇ 'ਤੇ ਇੱਕ ਅਰਚਨਾ ਮਕਵਾਨਾ ਲੜਕੀ ਪ੍ਰੋਫੈਸ਼ਨਲ ਹੈ ਔਰ ਉਹਨੂੰ ਪਤਾ ਕਿ ਮੈਂ ਕਿਵੇਂ TRP ਲੈ ਸਕਦੀ ਹਾਂ, ਕਿਵੇਂ ਮੈਂ ਮਸ਼ਹੂਰ ਹੋ ਸਕਦੀ ਹਾਂ, ਕਿਵੇਂ ਮੈਂ ਹੀਰੋਇਨਾਂ ਆਕਣ ਅੱਗੇ ਵੱਧ ਸਕਦੀ ਹਾਂ। ਉਹ ਇਸ ਮਨਸ਼ਾ ਨਾਲ ਸਿੱਧਾ ਸ੍ਰੀ ਦਰਬਾਰ ਸਾਹਿਬ ਪਹੁੰਚੀ। ਦਰਬਾਰ ਸਾਹਿਬ ਪਹੁੰਚ ਕੇ ਉਹਨੇ ਪਰਿਕਰਮਾ ਵਿੱਚ ਯੋਗਾ ਕੀਤੀ। ਯੋਗਾ ਕਰਨ ਤੋਂ ਬਾਅਦ ਉਹਨੇ ਉਸ ਦੀਆਂ ਫੋਟੋਆਂ ਖਿਚਵਾਈਆਂ, ਮੂਵੀ ਬਣਵਾਈ। ਸਾਡੇ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਸੁਰੱਖਿਆ ਕਰਮਚਾਰੀ ਜਾਂ ਚੌਬਦਾਰ ਘੁੰਮਦੇ ਨੇ, ਉਹ ਸ਼ਾਇਦ ਇਹਨੂੰ ਦੇਖ ਨਹੀਂ ਪਾਏ। ਦਰਬਾਰ ਸਾਹਿਬ ਵੱਲ ਪਿੱਠ ਕਰਕੇ ਯੋਗਾ ਵੀ ਕਰਦੀ ਹੋਈ ਨੇ ਫੋਟੋ ਪਾਈ ਹੈ। ਦਰਬਾਰ ਸਾਹਿਬ ਵੱਲ ਪਿੱਠ ਕਰਦੇ ਹੋਏ, ਸ਼ੇਰ ਸ਼ਾਸਨ ਕਰਦੇ ਹੋਏ ਵੀ ਇਹਨੇ ਆਪਣੀ ਫੋਟੋ ਪਾਈ ਹੈ। ਮੁੱਦਾ ਬੜਾ ਗੰਭੀਰ ਹੈ, ਬੜਾ ਅਹਿਮ ਹੈ ਕਿ ਵਿਪਰਵਾਦੀ ਤਾਕਤਾਂ ਨੂੰ ਸਿਰਫ ਦਰਬਾਰ ਸਾਹਿਬ ਹੀ ਸਾਰੇ ਵਿਪਰਵਾਦੀ ਕੰਮ ਕਰਨ ਵਾਲੇ ਹੀ ਕਿਉਂ ਮਿਲਦੇ ਨੇ, ਕਿਉਂ ਸੁੱਝਦੇ ਨੇ? ਉਹ ਕੇਦਾਰਨਾਥ ਜਾ ਕੇ ਕਿਉਂ ਨਹੀਂ ਕਰਦੇ? ਉਹ ਬਦਰੀਨਾਥ ਜਾ ਕੇ ਕਿਉਂ ਨਹੀਂ ਕਰਦੇ? ਉਹ ਅਮਰਨਾਥ ਜਾ ਕੇ ਕਿਉਂ ਨਹੀਂ ਕਰਦੇ? ਉਹ ਚਿੰਤਪੁਰਨੀ ਸਾਹਿਬ ਜਾ ਕੇ ਕਿਉਂ ਨਹੀਂ ਕਰਦੇ? ਉਹ ਹੋਰ ਦੇਵੀ ਔਰ ਮੰਦਰਾਂ 'ਤੇ ਜਾ ਕੇ ਚਾਰ ਧਾਮ ਦੀਆਂ ਯਾਤਰਾਵਾਂ ਤੋਂ ਇਲਾਵਾ ਉਹ ਜਿਹੜੇ ਹੋਰ ਵੱਡੇ ਚਾਰ ਪੁਰੀ ਦੇ ਮੰਦਰ ਨੇ, ਹੋਰ ਨੇ, ਉੱਥੇ ਜਾ ਕੇ ਇਹੋ ਜਿਹੇ ਪੰਗੇ ਕਿਉਂ ਨਹੀਂ ਕਰਦੇ? ਹੋਰ ਕੀ ਇਹਨਾਂ ਦੇ ਕਿਸੇ ਵੀ ਧਰਮ ਅਸਥਾਨ 'ਤੇ ਜਾ ਕੇ ਸਿੱਖਾਂ ਨੇ ਕਦੇ ਵੀ ਆਪਣੇ ਆਸ਼ੇ ਅਤੇ ਆਪਣੇ ਧਰਮ ਦੇ ਅਨੁਸਾਰ ਕਦੇ ਕੋਈ ਕਰਮ ਕੀਤਾ? ਉੱਥੇ ਜਾ ਕੇ ਕੋਈ ਅਰਦਾਸ ਕਰਨ ਲਈ ਖੜ੍ਹੇ ਹੋਏ ਨੇ ਜਾਂ ਕਦੇ ਕਿਤੇ ਜਾ ਕੇ ਕੀਰਤਨ ਕੀਤਾ, ਕਦੇ ਕਿਤੇ ਜਾ ਕੇ ਅੰਦਰ ਵੜ ਕੇ ਜ਼ਬਰਦਸਤੀ ਕੋਈ ਆਪਣੇ ਧਰਮ ਅਨੁਸਾਰ ਆਪਣੀਆਂ ਮਰਿਆਦਾ ਅਨੁਸਾਰ ਕੋਈ ਕਿਰਿਆਕਲਾਪ ਕੀਤੀ ਜਾਂ ਨਹੀਂ ਕੀਤੀ? ਅੱਜ ਤੱਕ ਨਹੀਂ ਕੀਤੀ। ਪਰ ਆ ਹਿੰਦੁਤਵਾ ਮਾਇੰਡ ਵਾਲੇ ਜਿਹੜਾ ਜ਼ਹਿਰ ਭਰ ਦਿੱਤਾ ਗਿਆ ਪਿਛਲੇ 10 ਸਾਲਾਂ ਵਿੱਚ ਸਿੱਖ ਕੌਮ ਦੇ ਖਿਲਾਫ਼, ਸਿੱਖ ਧਰਮ ਦੇ ਖਿਲਾਫ਼, ਹਰ ਕੋਈ ਹਿੰਦੁਤਵਾ ਜਣਾ ਖਣਾ ਉੱਠਦਾ ਆਪਣੀ TRP ਲੈਣ ਲਈ, ਕਦੇ ਗੱਲਾਂ 'ਤੇ ਤਿਰੰਗਾ ਬਣਾ ਕੇ, ਕਦੇ ਕੁਛ ਕਰਕੇ, ਕਦੇ ਕੁਛ ਕਰਕੇ। ਅਤੇ ਹੁਣ ਇਸ ਮਕਵਾਨਾ ਨੇ ਤਾਂ, ਅਰਚਨਾ ਮਕਵਾਨਾ ਨੇ ਤਾਂ ਹੱਦ ਹੀ ਕਰ ਦਿੱਤੀ ਕਿ ਵਿਸ਼ਵ ਯੋਗਾ ਦਿਵਸ ਦਿਨ ਦੇ ਮੌਕੇ 'ਤੇ ਦਰਬਾਰ ਸਾਹਿਬ ਦੇ ਅੰਦਰ ਯੋਗਾ ਕਰ ਲਿਆ ਅਤੇ ਯੋਗਾ ਕਰਕੇ ਆਪਣੇ ਫੇਸ ਪੇਜ 'ਤੇ ਵੀ, ਇੰਸਟਾਗ੍ਰਾਮ 'ਤੇ ਵੀ ਆਪਣੀਆਂ ਫੋਟੋਆਂ ਚਾੜ ਦਿੱਤੀਆਂ। ਹੁਣ ਇਸ ਤੋਂ ਵੱਧ ਹੋਰ ਕੀ ਹੋ ਸਕਦਾ? ਕਿ ਇਹਨਾਂ ਲੋਕਾਂ ਨੂੰ ਸਮਝਾਉਣ ਵਾਲਾ ਕੋਈ ਵੀ ਨਹੀਂ ਹੈ। ਤੁਸੀਂ ਕਰੋ, ਆਪੋ ਆਪਣੇ ਧਰਮ ਸਥਾਨਾਂ 'ਤੇ ਜਾ ਕੇ ਜੋ ਮਰਜ਼ੀ ਕਰੋ, ਤੁਹਾਨੂੰ ਕਿਸੇ ਚੀਜ਼ 'ਤੇ ਕੋਈ ਪਾਬੰਦੀ ਨਹੀਂ। ਅੱਜ ਸਵੇਰੇ ਹੀ ਮੈਂ ਜਿਸ ਵੇਲੇ ਸਰਦਾਰ ਚਰਨਜੀਤ ਸਿੰਘ ਜੀ ਨਾਲ ਇੰਟਰਵਿਊ ਬਣਾ ਰਿਹਾ ਸੀ ਤਾਂ ਉਸ ਵੇਲੇ ਮੈਂ ਗੱਲ, ਉਹਨਾਂ ਨੇ ਸਵਾਲ ਪੁੱਛਿਆ ਸੀ ਵੀ ਸਿੱਖਾਂ 'ਚ ਕੋਈ ਲੀਡਰ ਹੈ ਜਿਹੜਾ ਕਿ ਸਿੱਖਾਂ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਬੌਧਿਕ ਅਵਸਥਾ 'ਤੇ ਬਿਆਨ ਦੇ ਸਕਦਾ ਹੋਏ ਅਤੇ ਕੀਲ ਸਕਦਾ ਹੋਏ। ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ OAC ਦੀ ਪ੍ਰਸ਼ੰਸਾ ਕਰਦਾ ਜਿਹਨੇ ਵਿਸ਼ਵ ਯੋਗਾ ਦਿਵਸ ਦੇ ਤੌਰ 'ਤੇ ਠੋਕ ਕੇ ਕਹਿ ਦਿੱਤਾ ਕਿ ਯੋਗਾ ਨੂੰ ਮੁਸਲਮਾਨ ਨਹੀਂ ਮੰਨਦੇ ਅਤੇ ਅਸੀਂ ਨਹੀਂ ਕਰਾਂਗੇ। ਪਰ ਸਿੱਖਾਂ 'ਚ ਐਸਾ ਕੋਈ ਵੀ ਲੀਡਰ ਨਹੀਂ ਹੈ। ਅੱਜ ਉਹੀ ਚੀਜ਼ ਹਲੇ ਸਵੇਰੇ ਮੈਂ ਇੰਟਰਵਿਊ ਬਣਾ ਕੇ ਆਇਆ ਅਤੇ ਉਹ ਇੰਟਰਵਿਊ ਚੱਲਦੀ ਪਈ ਹੈ ਅਤੇ ਸ਼ਾਮ ਨੂੰ ਇਹ ਖਬਰ ਆ ਗਈ ਕਿ ਅਰਚਨਾ ਮਕਵਾਨਾ ਨੇ ਦਰਬਾਰ ਸਾਹਿਬ ਦੇ ਅੰਦਰ ਹੀ ਯੋਗਾ ਕਰ ਦਿੱਤਾ। ਆਖਿਰ ਅਸੀਂ ਕਿੱਥੇ ਖੜ੍ਹੇ ਹਾਂ? ਸੰਗਤ ਕਿੱਥੇ ਖੜ੍ਹੀ ਹੈ? ਸੰਗਤ ਵੀ ਇਹੋ ਜਿਹੇ ਲੋਕਾਂ ਨੂੰ ਕਿਉਂ ਦੇਖਦੀ ਔਰ ਬਰਦਾਸ਼ਤ ਕਰਦੀ ਰਹਿੰਦੀ ਹੈ? ਉਸ ਵੇਲੇ ਫੜ ਕੇ ਦੋ ਚਾਰ ਠੋਕ ਕਿਉਂ ਨਹੀਂ ਦਿੰਦੀ, ਲਾ ਕਿਉਂ ਨਹੀਂ ਦਿੰਦੀ? ਫਿਰ ਤੁਸੀਂ ਕਹੋਗੇ ਕਿ ਮੈਂ ਹਿੰਸਾ ਲਈ ਪ੍ਰੇਰਿਤ ਕਰ ਰਿਹਾ। ਹਿੰਸਾ ਨਹੀਂ ਹੈ,
ਬਿਲਕੁਲ ਵੀ ਹਿੰਸਾ ਨਹੀਂ ਹੈ। ਅਗਰ ਤੁਹਾਡੇ ਧਰਮ ਸਥਾਨ 'ਤੇ ਆ ਕੇ ਵਿਪਰਵਾਦੀ ਹਮਲੇ ਹੁੰਦੇ ਨੇ, ਅੱਜ ਯੋਗਾ ਪਹਿਲਾਂ ਤਿਰੰਗਾ ਲੈ ਕੇ ਆ ਗਏ, ਫਿਰ ਹੋ ਸਕਦਾ ਸੀ ਕੇਸਰੀ ਨਿਸ਼ਾਨ ਸਾਹਿਬ ਦੀ ਥਾਂ 'ਤੇ ਚੜ੍ਹ ਕੇ ਤਿਰੰਗਾ ਲਹਿਰਾਉਣ ਲੱਗ ਜਾਣ, ਦਰਬਾਰ ਸਾਹਿਬ 'ਤੇ ਚੜ੍ਹ ਕੇ ਜੇਬ ਵਿੱਚੋਂ ਕੱਢ ਕੇ ਗੁੰਬਦ 'ਤੇ ਤਿਰੰਗਾ ਲਾ ਦੇਣ, ਅਤੇ ਸੀ ਕੀ ਸਿੱਖ ਸੰਗਤਾਂ ਦੇਖਦੀਆਂ ਰਹਿਣਗੀਆਂ, ਉਹਨੂੰ ਲੱਫੜ ਨਹੀਂ ਮਾਰਨਗੀਆਂ, ਉਹਨੂੰ ਰੋਕਣਗੀਆਂ ਨਹੀਂ। ਔਰ ਅੱਜ ਜੇ ਯੋਗਾ ਹੋ ਗਿਆ ਤਾਂ ਕੱਲ੍ਹ ਨੂੰ ਹੋ ਸਕਦਾ ਕੋਈ ਆਪਣੇ ਸਰੀਰ ਦੇ ਅੰਦਰ ਜਾਂ ਆਪਣੀ ਜੇਬ ਵਿੱਚ ਲੈ ਕੇ ਕੋਈ ਮੂਰਤੀਆਂ ਆ ਜਾਏ, ਅਤੇ ਮੂਰਤੀਆਂ ਸਥਾਪਿਤ ਕਰਕੇ ਦਰਬਾਰ ਸਾਹਿਬ ਵਿੱਚ ਅਗਰਬੱਤੀ ਲਾ ਕੇ ਪੂਜਾ ਅਰਚਨਾ ਕਰਨੀ ਸ਼ੁਰੂ ਕਰ ਦੇ, ਟੱਲੀਆਂ ਹੋ ਜਾਣੀਆਂ, ਛੋਟੀਆਂ ਛੋਟੀਆਂ ਬਹੁਤ ਕੁਛ ਮਿਲਦਾ ਅੱਜ ਕੱਲ੍ਹ, ਹੁਣ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਵੀ ਮੂਰਤੀਆਂ ਮਿਲਦੀਆਂ ਨੇ, ਉਹ ਗੁਰੂ ਨਾਨਕ ਦੀ ਮੂਰਤੀ ਲੈ ਕੇ ਹੀ ਉੱਥੇ ਟੱਲੀਆਂ ਵਜਾਣੀਆਂ ਅਤੇ ਪੂਜਾ ਅਰਚਨਾ ਕਰਨੀ ਸ਼ੁਰੂ ਕਰ ਦੇ ਕੇ ਕੀ ਸਿੱਖ ਉਹਨੂੰ ਮੋਕ ਦਰਸ਼ਕ ਮਤਲਬ ਚੁੱਪ ਚਾਪ ਦੇਖਦੇ ਰਹਿਣਗੇ, ਅੰਨੇ ਬੋਲੇ ਅਤੇ ਕਾਣੇ ਬਣ ਜਾਣਗੇ। ਅਜਿਹਾ ਹੋ ਰਿਹਾ ਹੈ, ਇਸ ਲਈ ਹੀ ਗੁਰਦੁਆਰਿਆਂ ਵਿੱਚ ਅਜਿਹੀ ਵਿਪਰਵਾਦੀ ਤਾਕਤਾਂ ਮਰਿਆਦਾਵਾਂ ਨੂੰ ਤੋੜ ਰਹੀਆਂ ਨੇ ਅਤੇ ਹਮਲਾਵਰ ਹੋ ਰਹੀਆਂ ਨੇ। ਇਹ ਸਾਰੀਆਂ ਗੁਰਦੁਆਰਿਆਂ 'ਤੇ ਹਮਲੇ ਨੇ, ਸਾਡਾ ਯੋਗਾ ਨਾਲ ਕੋਈ ਸੰਬੰਧ ਨਹੀਂ ਹੈ। ਆ ਜਿਹੜੇ ਸਿੱਖ ਯੋਗਾ ਕਰੀ ਫਿਰਦੇ ਨੇ, ਅੰਗਰੇਜ਼ ਵੀ ਚਿੱਟੇ ਕੱਪੜੇ ਪਾ ਕੇ ਯੋਗਾ ਕਰੀ ਫਿਰਦੇ ਨੇ, ਯੋਗਾ ਇੰਸਟੀਟਿਊਟ ਬਣਾ ਲਏ ਗਏ 3HO ਵੱਲੋਂ, ਆ ਸਾਰਾ ਕੁਛ ਹੀ ਬਕਵਾਸਬਾਜ਼ੀ ਸੀ। ਉਦੋਂ ਵੀ ਕਹਿੰਦਾ ਸੀ, ਅੱਜ ਵੀ ਕਹਿ ਰਿਹਾ, ਅੱਗੇ ਵੀ ਕਹਾਂਗਾ। ਪੜ੍ਹੇ ਲਿਖੇ ਅਤੇ ਸ਼ਹਿਰੀ ਸਿੱਖਾਂ ਨੂੰ ਬੜਾ ਹੁੰਦਾ ਸੀ ਕਿ ਲਓ ਜੀ ਉਹਨੇ ਇੰਨੇ ਜ਼ਿਆਦਾ ਗੋਰਿਆਂ ਨੂੰ ਯੋਗਾ ਦੇ ਮਗਰ ਲਾ ਕੇ ਸਿੱਖ ਬਣਾਤਾ, ਗੁਰੂ ਨਾਨਕ ਦੇ ਮਗਰ ਲਾ ਕੇ ਤਾਂ ਨਹੀਂ ਨਾ ਬਣਾਇਆ, ਗੁਰੂ ਨਾਨਕ ਦੇ ਥਾਟ ਨੂੰ ਤੋੜ ਕੇ ਬਣਾਇਆ, ਇਸ ਲਈ ਉਹ ਸਿੱਖੀ ਨਹੀਂ ਹੈ। ਉਸ ਦੀ ਆਪਣੀ ਸਿੱਖੀ ਸੇਵਕੀ ਸੀ, ਜਿਵੇਂ ਨਾਨਕ ਸਰੀਆਂ ਦੀ ਹੈ, ਜਿਵੇਂ ਹੋਰਾਂ ਦੀ ਹੈ, ਜਿਵੇਂ ਟਕਸਾਲਾਂ ਦੀ ਹੈ, ਜਿਵੇਂ ਸੰਤ ਸਮਾਜ ਦੀ ਹੈ, ਜਿਵੇਂ ਰਾਧਾ ਸੁਆਮੀਆਂ ਦੀ ਹੈ। ਇਸ ਚੀਜ਼ ਨੂੰ ਸਿੱਖੋ, ਸਮਝੋ, ਨਾਨਕ ਦੀ ਨਾਨਕਸ਼ਾਹੀ ਪ੍ਰਣਾਲੀ ਨਾਲ ਜੋੜਨ ਵਾਸਤੇ ਤੁਹਾਡੇ ਕੋਲ ਕੌਣ ਹੈ? ਅਤੇ ਜੇ ਇਹ ਅਰਚਨਾ ਮਕਵਾਨਾ ਅੱਜ ਇਹ ਸਾਰਾ ਕੁਛ ਕਰਨ ਤੋਂ ਬਾਅਦ ਸਭ ਕੁਛ ਹੁਣ ਮੰਨ ਗਈ ਹੈ, ਅਤੇ ਇਹਨੇ ਆਪਣੀਆਂ ਫੋਟੋਆਂ ਵਾਪਸ ਲੈ ਲਈਆਂ ਨੇ, ਵਾਪਸ ਲੈਣ ਤੋਂ ਬਾਅਦ ਇੱਕ ਡਿਸਕਲੇਮਰ ਜਾਂ ਅਪੋਲੋਜੀ ਪਾਈ ਹੈ ਇਹਨੇ, ਉਹ ਅਸੀਂ ਰੱਦ ਕਰਦੇ ਹਾਂ ਇਸ ਦੀ ਅਪੋਲੋਜੀ ਨੂੰ, ਕਿਉਂਕਿ ਇਹਨੇ ਮਿੱਥ ਕੇ ਸਾਰਾ ਕੁਛ ਕੀਤਾ ਸੀ। ਕਿ ਇਹਨੂੰ 1 ਘੰਟੇ ਬਾਅਦ ਗਿਆਨ ਹੋ ਗਿਆ ਕਿ ਮੈਂ ਗਲਤ ਕੀਤਾ ਸੀ, ਅਤੇ ਘੰਟੇ ਪਹਿਲਾਂ ਇਹਨੂੰ ਕੋਈ ਗਿਆਨ ਨਹੀਂ ਸੀ ਹੈਗਾ। ਹਰ ਇੱਕ ਵਿਅਕਤੀ ਨੂੰ ਗਿਆਨ ਹੈ ਕਿ ਸਿੱਖਾਂ ਦੇ ਕੀ ਅਕੀਦੇ ਨੇ। ਅਗਰ ਨਹੀਂ ਹੈਗਾ ਗਿਆਨ, ਇਨਫੋਰਮੇਸ਼ਨ ਆਫਿਸ ਬਣਿਆ ਹੋਇਆ, ਚਾਰ ਪਾਸੇ ਉੱਥੇ ਸੂਚਨਾ ਦਫ਼ਤਰ ਬਣੇ ਹੋਏ ਨੇ, ਤੁਸੀਂ ਉੱਥੇ ਸੂਚਨਾ ਦਫ਼ਤਰ ਹੀ ਜਾ ਕੇ ਪੁੱਛ ਲਓ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਦਰਬਾਰ ਸਾਹਿਬ ਹੀ ਜਾ ਕੇ ਕਿ ਨਹੀਂ। ਉਹਨੇ ਕੋਈ ਪਰਮਿਸ਼ਨ ਲਈ ਉਹਨੇ ਕੁਛ ਨਹੀਂ ਲਿਆ। ਅਤੇ ਜਿਸ ਵੇਲੇ ਉਹ ਯੋਗਾ ਕਰ ਰਹੀ ਹੈ ਅਤੇ ਸ਼ੀਰਸ਼ ਆਸਣ ਕਰ ਰਹੀ ਹੈ, ਅਤੇ ਦੈਟ ਮੀਨਸ ਕਿ ਉਹਦੇ ਨਾਲ ਇੱਕ ਫੋਟੋਗ੍ਰਾਫਰ ਵੀ ਹੈ, ਅਤੇ ਇਹਨਾਂ ਦੋਨਾਂ ਦਾ ਅਪਰਾਧ ਬਣਦਾ, ਸਿਰਫ ਅਰਚਨਾ ਮਕਵਾਨਾ ਦਾ ਅਪਰਾਧ ਨਹੀਂ ਬਣਦਾ। ਅਰਚਨਾ ਮਕਵਾਨਾ ਨੂੰ ਇਸਦੇ ਸਾਥੀਆਂ ਦਾ ਵੀ ਅਤਾ ਪਤਾ ਦੇਣਾ ਚਾਹੀਦਾ, ਔਰ ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕੀਤਾ ਜਾਣਾ ਚਾਹੀਦਾ ਹੈ। ਮਾਫ਼ੀ ਸਿਰਫ ਇੰਝ ਨਹੀਂ ਮਿਲਦੀ, ਇਹ ਵੀ ਮਾਫ਼ੀ ਦਾ ਇੱਕ ਪਖੰਡ ਸੁਖਬੀਰ ਬਾਦਲ ਨੇ ਚਲਾ ਦਿੱਤਾ ਕਿ ਆਪੇ ਜਾਓ, ਆਪੇ ਬੋਲ ਪਾਓ, ਜੀ ਅਸੀਂ ਮਾਫ਼ੀ ਮੰਗ ਲਈ, ਮਾਫ਼ੀ ਹੋ ਗਈ। ਔਰ ਉਸੇ ਪਖੰਡੀ ਸੁਖਬੀਰ ਬਾਦਲ ਦੇ ਹਿਸਾਬ ਨਾਲ ਆ ਵਿਪਰਵਾਦੀ ਤਾਕਤਾਂ ਚੱਲ ਪਈਆਂ ਨੇ ਕਿ ਜੀ ਪਹਿਲਾਂ ਮੂੰਹ 'ਤੇ ਚਪੇੜਾ ਮਾਰ ਦਿਉ, ਧਰਮ ਦੇ ਮੂੰਹ 'ਤੇ ਵੀ ਚਪੇੜਾ ਮਾਰ ਦਿਉ, ਅਤੇ ਫਿਰ ਉਸ ਤੋਂ ਬਾਅਦ ਕਹੋ ਜੀ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਚਪੇੜ ਨਹੀਂ ਮਾਰ ਸਕਦੇ, ਇਸ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ, ਅਸੀਂ ਖੁੱਲ੍ਹੇ ਹਿਰਦੇ ਨਾਲ ਗਏ ਸੀ, ਅਸੀਂ ਹੋਰ ਥਾਵਾਂ 'ਤੇ ਵੀ ਜਾਂਦੇ ਹਾਂ, ਇਸ ਲਈ ਜੇ ਇੱਥੇ ਗਲਤੀ ਹੋ ਗਈ ਤਾਂ ਸਿੱਖ ਕੌਮ ਬਹੁਤ ਵਿਸ਼ਾਲ ਕੌਮ ਹੈ, ਸਾਨੂੰ ਮਾਫ਼ ਕਰ ਦੇ। ਉਹ ਭਈ ਹੁਣ ਸਾਡੀ 'ਚ ਇੰਨੀ ਵਿਸ਼ਾਲਤਾ ਨਹੀਂ ਚ ਰਹੀ, ਹੱਦ ਹੋ ਗਈ ਹੈ, ਅੱਤ ਹੋ ਗਈ ਹੈ, ਇਸ ਲਈ ਇਸ ਅੱਤ ਨੂੰ ਬੰਦ ਕਰਨ ਦੇ
ਮੁਕੰਮਲ ਪ੍ਰਬੰਧ ਹੋਣੇ ਚਾਹੀਦੇ ਨੇ। ਮੈਂ ਵਾਰ ਵਾਰ ਕਿਹਾ ਕਿ ਗੁਰਧਾਮਾਂ ਦੇ ਅੰਦਰ ਆ ਕੇ ਜਿਹੜੇ ਹਮਲਾਵਰ ਹੁੰਦੇ ਨੇ ਸਿੱਖ ਮਰਿਆਦਾਵਾਂ ਦੇ ਖਿਲਾਫ਼, ਚਾਹੇ ਸਿੱਖ ਵੀ ਕੰਮ ਕਰਨ, ਇਹਨਾਂ ਸਾਰਿਆਂ ਦੇ ਵਾਸਤੇ ਹੀ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਅਤੇ ਘੱਟ ਤੋਂ ਘੱਟ ਉਮਰ ਕੈਦ ਅਤੇ ਵੱਧ ਤੋਂ ਵੱਧ ਕਤਲ ਦੇ ਇਲਜ਼ਾਮ, ਗੁਰੂ ਗ੍ਰੰਥ ਸਾਹਿਬ ਜੀ ਦੇ ਕਤਲ ਦੇ ਇਲਜ਼ਾਮ ਵਿੱਚ ਸਜ਼ਾਏ ਮੌਤ ਹੋਣੀ ਚਾਹੀਦੀ ਹੈ। ਅਤੇ ਉਹ ਸਜ਼ਾ ਮੌਤ ਵੀ ਇਹੋ ਜਿਹੀ ਹੋਣੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ 'ਤੇ ਵੀ ਅਸੀਂ ਪ੍ਰਚਾਰ ਕੇ ਵੀ ਬੜੇ ਨਿਗੂਣੇ ਜਿਹੇ ਬਣ ਗਏ ਹਾਂ। ਇਸ ਲਈ ਅਜਿਹੇ ਅਪਰਾਧੀਆਂ ਨੂੰ ਜਿਸ ਵੇਲੇ ਸਜ਼ਾ ਦਿੱਤੀ ਜਾਏ ਅਤੇ ਚੁਰਾਏ 'ਤੇ ਖਿਲਾਰ ਕੇ ਫਾਂਸੀ ਲਾਈ ਜਾਏ, ਇਹ ਕੋਈ ਮਨੁੱਖੀ ਅਧਿਕਾਰਾਂ ਦਾ ਅਤੇ ਇਨਸਾਨੀਅਤ ਦੇ ਖਿਲਾਫ਼ ਕੰਮ ਨਹੀਂ ਹੋਏਗਾ। ਜੇ ਇਨਸਾਨ ਹੈਵਾਨੀਅਤ ਤੋਂ ਅਤੇ ਰਾਕਸ਼ਸਾਂ ਤੋਂ ਵੀ ਉੱਪਰ ਚ ਟੱਪ ਜਾਂਦਾ, ਆਪਣੇ ਅਮਲਾਂ ਵਿੱਚ ਉਹ ਇਤਨਾ ਜ਼ਿਆਦਾ ਨਿਰਦਈ ਹੋ ਜਾਂਦਾ ਕਿ ਧਰਮ 'ਤੇ ਹੀ ਹਮਲੇ ਕਰਕੇ, ਕਾਤਲਾਨਾ ਹਮਲੇ ਕਰਕੇ ਧਰਮ ਨੂੰ ਹੀ ਨਸ਼ਟ ਅਤੇ ਭ੍ਰਸ਼ਟ ਕਰਨ ਲੱਗ ਜਾਂਦਾ, ਅਤੇ ਫਿਰ ਉਹ ਇਨਸਾਨ ਨਹੀਂ ਹੈਗਾ। ਉਸ ਨੂੰ ਚੁਰਾਹੇ 'ਚ ਖੜ੍ਹੇ ਕਰਕੇ ਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਅਤੇ ਮੈਂ ਵਾਰ ਵਾਰ ਕਹਿ ਰਿਹਾ, ਅਕਾਲੀ ਦਲ ਨੂੰ ਹੁਣ ਤਾਂ ਬੇਸ਼ਰਮੀ ਛੱਡ ਦੇਣੀ ਚਾਹੀਦੀ ਹੈ। ਹੁਣ ਤਾਂ ਮਤੇ ਪਾਸ ਕਰਕੇ ਕਹਿ ਦੇਣਾ ਚਾਹੀਦਾ ਕਿ ਅਜਿਹੇ ਦੁਰਕਰਮ ਕਰਨ ਵਾਲਿਆਂ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲਾਂ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮਰਿਆਦਾਵਾਂ ਨੂੰ ਭੰਗ ਕਰਨ ਵਾਲਿਆਂ ਨੂੰ, ਚਾਹੇ ਉਹ ਜਿਹੜੇ ਮਰਜ਼ੀ ਧਰਮ ਤੋਂ ਹੋਣ, ਸਾਨੂੰ ਧਰਮ ਦਾ ਕੋਈ ਮਤਲਬ ਨਹੀਂ ਹੈਗਾ, ਚਾਹੇ ਉਹ ਸਿੱਖ ਹੋਏ ਚਾਹੇ ਉਹ ਗੈਰ ਸਿੱਖ ਹੋਏ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਗੁਰਦੁਆਰੇ ਦੀ ਮਰਿਆਦਾ ਭੰਗ ਕਰਦਾ ਉਹਨੂੰ ਸਜ਼ਾ ਮੌਤ ਜਾਂ ਘੱਟ ਤੋਂ ਘੱਟ ਉਮਰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ, ਅਤੇ ਸਜ਼ਾ ਮੌਤ ਵੀ ਚੁਰਾਹੇ 'ਤੇ ਖੜ੍ਹੇ ਹੋ ਕੇ ਦਿੱਤੀ ਜਾਣੀ ਚਾਹੀਦੀ ਹੈ। ਅਰਚਨਾ ਮਕਵਾਨਾ ਦੀ ਇਹ ਆਪਣੇ ਆਪ ਮੰਗੀ ਮੁਆਫ਼ੀ ਅਤੇ ਆਪ ਮਿੱਥ ਕੇ ਕੀਤੇ ਗਏ ਅਪਰਾਧ ਅਤੇ ਅਪਰਾਧ ਵੀ ਸ਼ਾਮਲ, ਦੂਸਰੇ ਫੋਟੋਗ੍ਰਾਫਰ ਦੀ ਸ਼ਨਾਖਤ ਨਾ ਦੇਣੀ, ਛੁਪਾ ਜਾਣਾ, ਅਤੇ ਇਸ ਸਾਰੇ ਕਰਮ ਨੂੰ ਅਸੀਂ ਬਿਲਕੁਲ ਵੀ ਢਿੱਲੇ ਹੱਥਾਂ 'ਚ ਨਹੀਂ ਲੈ ਸਕਦੇ, ਅਤੇ ਆਪੇ ਹੀ ਤੁਸੀਂ ਕਤਲ ਵੀ ਕਰੋ ਅਤੇ ਆਪੇ ਹੀ ਆਪਣੇ ਆਪ ਨੂੰ ਮੁਆਫ਼ੀ ਕਰ ਲਓ। ਇਹ ਪ੍ਰਪਾਟੀ ਅਸੀਂ ਬਿਲਕੁਲ ਨਹੀਂ ਚੱਲਣ ਦੇਣਾ ਚਾਹੁੰਦੇ। ਇਸ ਪਰੰਪਰਾ ਨੂੰ ਰੋਕਣ ਵਾਸਤੇ ਅਜਿਹੀਆਂ ਦੁਰਗਮ ਅਤੇ ਦੁਰਗਤ ਵਾਲੀਆਂ ਮੰਦ ਭਾਗੀਆਂ ਅਤੇ ਮੰਦ ਇਰਾਦੇ ਅਤੇ ਮੰਦੀ ਸੋਚ ਵਿੱਚੋਂ ਨਿਕਲਣ ਵਾਲੀਆਂ ਹਮਲਾਵਰ ਕਾਰਵਾਈਆਂ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਨਿੱਠ ਕੇ ਬੈਠ ਕੇ ਠੋਸ ਫੈਸਲੇ ਲੈਣੇ ਚਾਹੀਦੇ ਨੇ। ਧਰਮ ਪ੍ਰਚਾਰ ਕਮੇਟੀ ਨੂੰ ਵੀ ਲੈਣੇ ਚਾਹੀਦੇ ਨੇ ਅਤੇ SGPC ਨੂੰ ਵੀ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਤੁਰਤ ਐਮਰਜੈਂਸੀ ਲੈਵਲ 'ਤੇ ਆਪਣਾ ਇੱਕ ਸਮਾਗਮ ਸੱਦਣਾ ਚਾਹੀਦਾ ਅਤੇ ਉਸੇ ਸਖ਼ਤ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਵੀ ਅਤੇ ਅਜਿਹੀਆਂ ਵਿਪਰਵਾਦੀ ਤਾਕਤਾਂ ਦੇ ਧਰਮ ਦੇ ਸਾਰੇ ਹੀ ਅਨੁਯਾਈਆਂ ਮੁਖੀਆਂ ਨੂੰ ਭੇਜਣਾ ਚਾਹੀਦਾ ਕਿ ਅੱਗੇ ਤੋਂ ਇਹ ਚੀਜ਼ਾਂ ਨਾ ਬਰਦਾਸ਼ਤ ਕਾਬਲ ਹੋਣਗੀਆਂ। ਅਤੇ ਫਿਰ ਨਾ ਕਿਹਾ ਜੇ ਕਿ ਸਿੱਖਾਂ ਨੇ ਪੁਲਿਸ ਦੇ ਹਵਾਲੇ ਨਹੀਂ ਕੀਤਾ, ਮਾਰ ਦਿੱਤਾ, ਫਲਾਣਾ ਕੀਤਾ, ਢਿੰਗਾਣਾ ਕੀਤਾ, ਅੱਤ ਬਹੁਤ ਹੋ ਚੁੱਕੀ ਜੇ, ਸਿਰ ਤੋਂ ਪਾਣੀ ਲੰਘ ਚੁੱਕਾ ਅਤੇ ਹੁਣ ਮਤੇ ਪਾਸ ਕਰਕੇ ਇਹਨਾਂ ਸਾਰਿਆਂ ਨੂੰ ਭੇਜਣੇ ਲਾਜ਼ਮੀ ਜੇ, ਅਤੇ ਭਾਰਤ ਸਰਕਾਰ ਨੂੰ ਵੀ ਤਾੜਨਾ ਕਰਨੀ ਲਾਜ਼ਮੀ ਹੋ ਗਈ ਹੈ। ਇਸ ਲਈ ਮੈਂ ਫਿਰ ਕਹਿ ਰਿਹਾ, ਅਰਚਨਾ ਮਕਵਾਨਾ ਦਾ ਇਹ ਅਪਰਾਧ ਨਾ ਬਖਸ਼ਣਯੋਗ ਹੈ ਅਤੇ ਨਾ ਬਖਸ਼ਿਆ ਜਾਣਾ ਚਾਹੀਦਾ ਹੈ। ਆਪਣੇ ਅਤਿੰਦਰਪਾਲ ਸਿੰਘ ਨੂੰ ਇਜਾਜ਼ਤ ਦਿਓ, ਜੇ ਤੁਹਾਨੂੰ ਲੱਗਾ ਕਿ ਵੀਡੀਓ ਸਹੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਉ ਤਾਂ ਜੋ ਵਿਪਰਵਾਦੀ ਤਾਕਤਾਂ ਨੂੰ ਕੰਨ ਹੋ ਜਾਣ ਕਿ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਲਈ ਸਿੱਖ ਕਿਸ ਹੱਦ ਤੱਕ ਜਾ ਸਕਦੇ ਹਨ। ਉਹ ਆਪਣੇ ਸੀਸ ਵੀ ਲਵਾ ਸਕਦੇ ਹਨ, ਲਵਾਏ ਹਨ, ਅੱਗੇ ਵੀ ਲਵਾਉਣੇ ਪਏ ਤਾਂ ਲਵਾ ਦਾਂਗੇ, ਪਰ ਅਜਿਹੀਆਂ ਹਰਕਤਾਂ
ਬਰਦਾਸ਼ਤ ਨਹੀਂ ਕਰਾਂਗੇ ਅਜਿਹੇ ਸੁਨੇਹੇ ਪਹੁੰਚਾਉਣ ਵਾਸਤੇ। ਤੁਹਾਡੇ ਕੋਲੋਂ ਸਿਰਫ ਇੰਨੀ ਕੁ ਜਿੰਨੀ ਸੇਵਾ ਮੰਗ ਰਹੇ ਹਾਂ ਕਿ ਇੱਕ ਬਟਨ ਨੱਪ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਉ। ਜਿਨ੍ਹਾਂ ਨੇ ਸੀਫਾਈ ਪੰਥ ਖਾਲਸਾ ਚੈਨਲ ਜਿਹੜੀ ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਦੀ ਹੈ, ਸਿੱਖ ਮੀਡੀਆ ਦਾ ਰੋਲ ਅਦਾ ਕਰਦੀ ਹੈ, ਜਿਨ੍ਹਾਂ ਨੇ ਉਹਨਾਂ ਨੂੰ ਅੱਜ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਜ਼ਰੂਰ ਨੱਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।